ਸ਼ੈਂਕੀ ਯੂਜ਼ ਕਰਦੇ ਆ ਹੱਥ ਧੋਣ ਨੂੰ ਪਰ ਇੱਥੇ ਇੱਕ ਉਹ ਚੀਜ਼ ਪਈ ਹੈ ਜਿਹੜੀ ਬਹੁਤ ਹੀ ਪੁਰਾਣੀ ਹੈ ਤੇ ਜਿਹੜੀ ਹੱਥ ਧੋਣ ਦੇ ਲਈ ਵਰਤੀ ਜਾਂਦੀ ਸੀ ਬਹੁਤ ਹੈਵੀ ਦੇ ਵਿੱਚ ਹੈ ਇਹ ਚੀਜ਼ ਦੇਖ ਸਕਦੇ ਹੋ ਕਿ ਇਹ ਬਰਤਨ ਸੀ ਉਸ ਸਮੇਂ ਵਰਤੇ ਜਾਂਦੇ ਹੱਥ ਧੋਣ ਦੇ ਵੇਲੇ 1947 ਤੋਂ ਪਹਿਲਾਂ ਦੇ ਜਾਣੀ ਉਦੋਂ ਦੇ ਇਹ ਵਾਸ਼ਵੇਸ਼ਨ ਨੇ ਇਹਨਾਂ ਦੇ ਵਿੱਚ ਹੱਥ ਧੋਤੇ ਜਾਂਦੇ ਸੀ ਤੇ ਦੇਖ ਸਕਦੇ ਹੋ ਬਹੁਤ ਹੈਵੀ ਚੀਜ਼ ਹੈ ਇਹ ਸਾਰੀ ਤੇ ਇਹ ਇਮਾਰਤ ਹੈ ਇਹ ਵੀ 1947 ਤੋਂ ਪਹਿਲਾਂ ਦੀ ਹੈ ਤੇ ਰਾਜੇ ਮਹਾਰਾਜਿਆਂ ਤੇ ਦਾਦੇ ਪਰਦਾਦਿਆਂ ਬਾਈ ਹੋਰਾਂ ਦੇ ਉਹਨਾਂ ਦੇ ਸਮੇਂ ਦੀ ਇਹ ਇਮਾਰਤ ਪਰ ਹਾਲਤ ਬਹੁਤ ਵਧੀਆ ਪਈ ਹੈ ਤੇ ਬਾਈ ਜੀ ਆ ਜਿਹੜਾ ਪੱਖਾ ਪਿਆ ਹੈ ਇਹ ਕਿੰਨੇ ਕ ਸਾਲ ਪੁਰਾਣਾ ਹੈ ਦੇਖੋ ਟੁਕ ਟੁਕ ਹੋਊਗਾ 70 80 ਸਾਲ ਪੁਰਾਣਾ ਇਹ ਜਿਹੜਾ ਪੱਖਾ ਤੁਸੀਂ ਦੇਖ ਰਹੇ ਹੋ ਜਦੋਂ ਬਿਜਲੀ ਨਹੀਂ ਹੁੰਦੀ ਸੀ ਉਸ ਸਮੇਂ ਦਾ ਇਹ ਪੱਖਾ ਜਿਹੜੇ ਰਾਜੇ ਮਹਾਰਾਜੇ ਮਹਿਲਾਂ ਦੇ ਵਿੱਚ ਹੁੰਦੇ ਸੀ ਉਹ ਉਹ ਆਪਣੇ ਉੱਤੇ ਇਹ ਪੱਖੇ ਚਲਾਉਂਦੇ ਹੁੰਦੇ ਸੀ ਹਵਾ ਦੇ ਲਈ ਦੇਖ ਸਕਦੇ ਹੋ ਕਿ ਇਹਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਤੇ ਇਹ ਚਲਾ ਕੇ ਵੀ ਦਿਖਾਵਾਂਗੇ ਤੇਰੀ ਹਵਾ ਵੀ ਬਹੁਤ ਜਿਆਦੇ ਵਧੀਆ ਤੇ ਇਹ ਉਹ ਸਮੇਂ ਦਾ ਜਿਸ ਸਮੇਂ ਬਿਜਲੀ ਨਹੀਂ ਹੁੰਦੀ ਸੀ ਤੇ ਹਵਾ ਝੱਲਣ ਦੇ ਲਈ ਇਹ ਵਰਤਿਆ ਜਾਂਦਾ ਸੀ ਇਹ ਇਹ ਰਿਕਾਰਡ ਪਏ ਇਹਨਾਂ ਦੇ ਜਿਹੜੇ ਇਹਦੇ ਉੱਪਰ ਲੱਗਦੇ ਆ ਤੇ ਇਹ ਹੁਣ ਵੀ ਚੱਲਦੇ ਆ ਤੇ ਇਹ ਵੀ ਪੱਥਰ ਦੇ ਆ ਤੇ ਇੱਕ ਹੋਰ ਚੀਜ਼ ਬੜੀ ਦਿਲਚਸਪ ਹੈ ਕਿ ਇਹ ਬਟਨ ਨੇ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਅਮੀਰ ਬੰਦੇ ਜਿਨ੍ਹਾਂ ਨੂੰ ਕਹਿ ਸਕਦੇ ਆ ਉਹ ਬੰਦੇ ਆਪਣੀ ਸ਼ਰਟਾਂ ਤੇ ਇਹੇ ਬਟਨ ਲਾਉਂਦੇ ਸੀ ਤੇ ਦੇਖ ਸਕਦੇ ਹੋ ਇਹ ਚੀਜ਼ ਵੀ ਬ੍ਰਾਂਡਡ ਹੈ ਇਹ ਮੇਡ ਇਨ ਆਸਟ੍ਰੇਲੀਆ ਹੈ ਤੇ ਆਸਟ੍ਰੇਲੀਆ ਦੇ ਵਿੱਚ ਇਹ ਬਣੇ ਹੋਏ ਆ ਜਾਨੀ ਕਿ ਇਹ ਉੱਥੋਂ ਮਂਗਾਏ ਗਏ ਆ ਤੇ ਆਏ ਆ ਇਹ ਬੰਬੇ ਤੋਂ ਪਹਿਲਾਂ ਆਸਟ੍ਰੇਲੀਆ ਤੋਂ ਬੰਬੇ ਆਉਂਦੇ ਆ ਫਿਰ ਬੰਬੇ ਤੋਂ ਇੱਥੇ ਆਉਂਦੇ ਆ ਇਹ ਬਾਈ ਜੀ ਹੋਰਾਂ ਦੇ ਦਾਦੇ ਪੜਦਾਦਿਆਂ ਦੇ ਸਮੇਂ ਦੇ ਬਟਨ ਨੇ ਜਿਹੜੇ ਉਸ ਸਮੇਂ ਵਰਤੇ ਜਾਂਦੇ ਸੀ ਤੇ ਇੱਥੇ ਇੱਕ ਹੋਰ ਚੀਜ਼ ਪਈ ਹੈ ਇਹ ਬਰਤਨ ਨੇ ਏ ਬਾਈ ਜੀ ਕਿੰਨੇ ਕ ਸਾਲ ਪੁਰਾਣੇ ਹੋਣਗੇ 1972 ਤੋਂ ਪਹਿਲਾਂ ਦੇ ਇਹ ਬਰਤਨ ਸਾਰੇ ਬਰਤਨ ਦੀ ਹਾਂ ਜੀ ਹਾਂ ਜੀ ਬਾਈ ਜੀ ਇਹਨਾਂ ਦੀ ਕੀਮਤ ਇਸ ਸਮੇਂ ਕਿੰਨੀ ਕੁ ਹੋ ਬਾਜ਼ਾਰ ਦੇ ਵਿੱਚ ਇਸ ਬਾਰੇ ਤੁਹਾਨੂੰ ਇਹ ਸਵਾਲ ਹੈ ਜੀ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਹਾਂ ਜੀ ਹਮਾਰੇ ਲਈ ਤਾਂ ਸਿਰਫ ਇਹ ਐਂਟਿਕ ਪੀਸ ਹੈ ਜੀ ਦੇਖ ਸਕਦੇ ਹਾਂ ਕਿ ਕਿੰਨੀ ਬਰੀਕੀ ਦੇ ਨਾਲ ਇਹ ਬਣਾਇਆ ਹੋਇਆ ਵਰਤਨ ਤੇ ਇੱਥੇ ਇੱਕ ਬਟਨ ਵੀ ਲੱਗਿਆ ਹੋਇਆ ਸੋਚਾਂ ਵੀ ਲੱਗੀਆਂ ਹੋਈਆਂ ਪੁਰਾਣੇ ਸਮੇਂ ਦੀਆਂ ਦੇਖ ਸਕਦੇ ਹਾਂ ਤੇ ਇਹ ਵੀ ਬਿਲਕੁਲ ਦੇਖ ਸਕਦੇ ਹਾਂ ਇਹ ਚੱਲਦੀਆਂ ਨੇ ਤੇ ਇਮਾਰਤ ਨੂੰ ਬਹੁਤ ਚੰਗੀ ਤਰੀਕੇ ਨਾਲ ਇਹਨਾਂ ਨੇ ਸਾਂਭਿਆ ਹੋਇਆ ਦੇਖ ਸਕਦੇ ਹਾਂ ਲਾਈਟ ਚੱਲਦੀ ਵੀ ਹੈ ਬਜਦੀ ਵੀ ਹੈ ਜਿਵੇਂ ਸੱਚ ਕੰਮ ਕਰ ਰਹੀ ਹਲੇ ਵੀ ਤੇ ਇਹ ਇੱਕ ਨਮੂਨਾ ਰੱਖਿਆ ਹੋਇਆ ਸ਼ਾਸਤਰ ਦਾ ਤੇ ਇਹ ਵੀ ਬੜਾ ਪੁਰਾਣਾ ਹੈ ਦੇਖ ਸਕਦੇ ਹੋ ਤੇ ਡਿਜ਼ਾਈਨਿੰਗ ਕਿੰਨੀ ਸੋਹਣੀ ਕੀਤੀ ਹੋਈ ਹੈ ਤੇ ਪੁਰਾਣੀਆਂ ਚੀਜ਼ਾਂ ਦੀ ਦੂਰੋਂ ਪਛਾਣ ਆ ਜਾਂਦੀ ਹੈ ਕਿ ਪੁਰਾਣੇ ਸਮੇਂ ਦੀ ਹੈ ਤੇ ਬਹੁਤ ਮਹਿੰਗੀ ਹੈ ਤੇ ਬਹੁਤ ਵਧੀਆ ਮਟੀਰੀਅਲ ਵੀ ਇਹਦੇ ਲੱਗਿਆ ਹੋਇਆ ਤਾਂ ਇਹ ਵੀ ਪੁਰਾਣੇ ਸਮੇਂ ਦਾ ਇੱਕ ਨਮੂਨਾ ਰੱਖਿਆ ਹੋਇਆ ਹੈ ਸ਼ਾਸਤ ਰੱਖਿਆ ਹੋਇਆ ਬਣਾ ਕੇ ਆਪਣੇ ਘਰ ਦੇ ਸ਼ਿੰਗਾਰ ਦੇ ਲਈ ਤੇ ਇਹ ਬਾਈ ਹੋਰੀ ਦੱਸਦੀ ਹੈ ਕਿ ਦਾਦੇ ਪਰਦਾਦਿਆਂ ਦੇ ਸਮੇਂ ਦੇ ਇਹ ਸਾਰਾ ਕੁਝ ਇਹਨਾਂ ਨੇ ਰੱਖਿਆ ਹੋਇਆ ਤੇ ਸਾਂਭੀ ਬੈਠੇ ਤੇ ਬਾਈ ਫਿਰ ਨਾਲ ਗੱਲਬਾਤ ਕਰਾਂਗੇ ਬਾਈ ਜੀ ਜੋ ਅਸੀਂ ਇਹ ਇਮਾਰਤ ਦੇਖੀ ਹੈ ਇਹ ਕਿੰਨੇ ਕ ਸਾਲ ਪੁਰਾਣੀ ਹੈ ਕਿੰਨਾ ਕ ਪੀੜੀਆਂ ਹੋ ਗਈਆਂ ਅਸੀਂ ਪੰਜਵੀਂ ਪੀੜੀ ਚ ਆ 1947 ਤੋਂ ਪਹਿਲਾਂ ਦੀ ਮਾਰਤ ਹੈ ਅੱਛਾ ਹਾਂਜੀ ਪਰ ਇਹਦੀ ਹਾਲਤ ਤਾਂ ਬਹੁਤ ਵਧੀਆ ਪਈ ਅਸੀਂ ਘੁਮ ਫਿਰ ਕੇ ਦੇਖਿਆ ਤੇ ਪੇਂਟ ਕਰਾਇਆ ਹੋਇਆ ਹੈ ਤੇ ਕਿਤੇ ਵੀ ਇਹ ਨਹੀਂ ਲੱਗਦਾ ਕਿ ਟ੍ਰੇਡ ਹੋ ਗਈ ਇਹਦੇ ਅਸੀਂ ਰਿਪੇਅਰ ਕਰਾਣੇ ਰਹਿਣਾ ਇਸ ਦੀ ਤੇ ਪੇਂਟ ਵੀਰ ਆਪਾਂ ਹੁਣੇ ਕਰਾਇਆ ਇਸ ਦਾ ਸਾਰਾ ਤੇ ਸਹੀ ਕੰਡੀਸ਼ਨ ਚ ਪਈ ਹੈ ਅਸੀਂ ਇਸ ਤੇ ਵੱਸਦੇ ਆਂ ਸਾਜੀ ਅਸੀਂ ਪਰਿਵਾਰ ਰਹਿਣਾ ਸਾਰਾ ਸਾਡਾ ਉਰੇ ਹਾਂਜੀ ਹਾਂਜੀ ਦੇਖ ਸਕਦੇ ਹੋ ਕਿ ਪ੍ਰਾਣੀਆਂ ਚੀਜ਼ਾਂ ਦੇ ਨਾਲ ਬਾਈ ਹੋਰਾਂ ਨੂੰ ਬਹੁਤ ਪਿਆਰ ਹੈ ਇਮਾਰਤ ਵੀ ਬਹੁਤ ਸੰਭ ਕੇ ਰੱਖੀ ਹੋਈ ਹੈ ਇਹ ਪ੍ਰਾਣੀਆਂ ਚੀਜ਼ਾਂ ਵੀ ਅੰਟੀਕ ਚੀਜ਼ਾਂ ਦੇ ਸ਼ਕੀਨ ਨੇ ਜਿਹੜੇ ਉਹ ਇਹ ਚੀਜ਼ ਜ਼ਰੂਰ ਦੇਖਣ ਕਿ ਉਹ ਇਹ ਚੀਜ਼ਾਂ ਨੂੰ ਜਾਣਦੇ ਵੀ ਹੋਣਗੇ ਇਹਨਾਂ ਦੀ ਕੀਮਤ ਵੀ ਜਾਣਦੇ ਹੋਣਗੇ ਕਿ ਕਿੰਨੇ ਕ ਹੈ ਤੇ ਬਹੁਤ ਪ੍ਰਾਣੀਆਂ ਚੀਜ਼ਾਂ ਨੇ ਜਿਵੇਂ ਅਸੀਂ ਦਰਵਾਜ਼ੇ ਦਿਖਾਈ ਦਰਵਾਜ਼ੇ ਦਿਖਾਉਣੇ ਚਾਹੂੰਗਾ ਕਿ ਇਹ ਦਰਵਾਜ਼ੇ ਨੇ ਬਹੁਤ ਪ੍ਰਾਣੇ ਬਹੁਤ ਹਾਰਡ ਨੇ ਇਹ ਤੇ ਬਹੁਤ ਵਧੀਆ ਲੱਕੜ ਲੱਗੀ ਹੋਈ ਹੈ ਤਾਂ ਇਹ ਪੁਰਾਣੇ ਸਮਿਆਂ ਦੇ ਵਿੱਚ ਦਰਵਾਜ਼ੇ ਹੁੰਦੇ ਸੀ ਘਰਾਂ ਦੇ ਤੇ ਇੱਥੇ ਇੱਕ ਲਾਈਟ ਵੀ ਲੱਗੀ ਹੋਈ ਹੈ ਜਦੋਂ ਲਾਈਟ ਆ ਜਾਂਦੀ ਹੈ ਭਾਰਤ ਦੇ ਵਿੱਚ ਤਾਂ ਉਸ ਸਮੇਂ ਦੀ ਇਹ ਪੁਰਾਣੀ ਲਾਈਟ ਵੀ ਹੈ ਇਹ ਤਾਂ ਹੁਣ ਇਹਦੇ ਵਿੱਚ ਨਵਾਂ ਬੱਲ ਪਾਇਆ ਗਿਆ ਪਰ ਇਹ ਸਾਰੀ ਚੀਜ਼ ਪੁਰਾਣੀ ਲੱਗੀ ਹੋਈ ਹੈ ਦੇਖ ਸਕਦੇ ਹੋ ਕਿ ਇਹ ਖੜਕਦੀ ਵੀ ਹੈ ਤਾਂ ਇਹ ਪੁਰਾਣੀਆਂ ਚੀਜ਼ਾਂ ਇਹ ਇਮਾਰਤ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੇ ਵੀ ਸ਼ੌਕੀਨ ਨੇ ਐਂਟੀਕ ਚੀਜ਼ਾਂ ਦੇ ਉਹ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਐ ਇਹ ਸਾਰੀਆਂ ਚੀਜ਼ਾਂ ਇਹ ਇਮਾਰਤ ਸੁਨਾਮ ਵੇਖੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਤੇ ਜਿਵੇਂ ਇਹ ਚੀਜ਼ਾਂ ਨੇ ਆਪਣੇ ਪ੍ਰਾਤਨ ਸਮਿਆਂ ਦੇ ਨਾਲ ਸਾਨੂੰ ਆਪਣੇ ਬਜ਼ੁਰਗਾਂ ਦੇ ਨਾਲ ਜੋੜਦੀਆਂ ਨੇ ਉਹਨਾਂ ਦੀਆਂ ਯਾਦ ਦਿਵਾਉਂਦੀਆਂ ਨੇ ਜਿਵੇਂ ਅਸੀਂ ਸ਼ੁਰੂ ਦੇ ਅੰਦਰ ਕਿਹਾ ਸੀ ਕਿ ਇਹ ਚੀਜ਼ਾਂ ਦੇਖ ਕੇ ਤੁਹਾਨੂੰ ਪੁਰਾਣਾ ਸਮਾਂ ਯਾਦ ਆਊਗਾ ਪ੍ਰਾਣੇ ਦੌਰ ਦੇ ਵਿੱਚ ਤੁਸੀਂ ਚਲੇ ਜਾਓਗੇ ਬਾਈ ਜੀ ਹਰ ਕਿੰਨੇ ਕਿ ਸਾਲ ਬਾਅਦ ਇੱਥੇ ਰੰਗ ਰੋਗਨ ਕਰਵਾ ਦਨੇ ਹੋ ਇਹ ਇਮਾਰਤ ਤੇ 5 ਤੋਂ 7 ਸਾਲ ਬਾਅਦ 5 ਤੋਂ 7 ਸਾਲ ਹੂੰ ਰਿਪੇਅਰ ਵੀ ਕਰਾਣੇ ਰਹਿੰਦੇ ਆ ਜੇ ਕੋਈ ਚੀਜ਼ ਖਰਾਬ ਹੋ ਜੇ ਤਾਂ ਆਪਾਂ ਉਹਦੇ ਰਿਪੇਅਰ ਵੀ ਕਰਾਣੇ ਆ ਜੇ ਨਹੀਂ ਚੀਜ਼ ਮਿਲਦੀ ਤਾਂ ਆਪਾਂ ਅੱਜ ਕੱਲ ਦੀ ਚੀਜ਼ ਲਵਾ ਦਿੰਨੇ ਆ ਜਿਵੇਂ ਸਵਿੱਚ ਵਗੈਰਾ ਮਿਲਦੇ ਨਹੀਂ ਪੁਰਾਣੇ ਸਵਿੱਚ ਲੱਗੇ ਹੋਏ ਨੇ ਇੱਧਰ ਤੇ ਫੇਰ ਨਵੇਂ ਸਵਿੱਚ ਲਵਾ ਦਿੰਨੇ ਆ ਅਸੀਂ ਅੱਛਾ ਤੇ ਮਤਲਬ ਹੌਲੀ ਹੌਲੀ ਇਹਦੇ ਇਹਦੇ ਚ ਬਦਲਾਅ ਵੀ ਲੈ ਕੇ ਆ ਰਹੇ ਜਿਹੜੀ ਚੀਜ਼ ਖਰਾਬ ਹੁੰਦੀ ਆ ਹਨਾ ਉਹ ਨਵੀਂ ਵੀ ਕਰ ਦਿੰਨੇ ਆ ਡਿਵੈਲਪਮੈਂਟ ਕਰੀ ਜਾਂਦੇ ਹੁਣ ਹੌਲੀ ਹੌ ਸੋ ਇਹ ਬਾਈ ਹੋਰਾਂ ਤੋਂ ਗ੍ਰਾਮੋਫੋਨ ਪਿਆ ਬਹੁਤ ਪੁਰਾਣਾ ਹੈ ਇਹ ਪੁਰਾਣੇ ਸਮਿਆਂ ਦਾ ਦਾਦੇ ਪੜਦਾਦਿਆਂ ਦੇ ਸਮਿਆਂ ਦਾ ਇਹਨਾਂ ਦੇ ਉਹ ਚਲਾ ਕੇ ਦਿਖਾਉਨੇ ਆ ਕਿ ਕਿਵੇਂ ਚੱਲਦਾ ਬਾਈ ਜੀ ਇੱਕ ਵਾਰ ਚਲਾ ਕੇ ਦਿਖਾਓ ਇਹਨੂੰ ਸੋ ਬਾਈ ਹੁਣ ਹੋਰੀ ਹੁਣ ਗ੍ਰਾਮੋਫੋਨ ਚਲਾ ਕੇ ਦਿਖਾ ਰਹੇ ਆ ਕਿ ਕਿਵੇਂ ਚੱਲਦਾ ਸੀ ਇਹ ਪੱਥਰ ਦੀਆਂ ਪਲੇਟਾਂ ਨੇ ਪਲਾਸਟਿਕ ਦੀਆਂ ਨੇ ਤੋ ਦੇਖ ਸਕਦੇ ਹੋ ਇਹ ਚੀਜ਼ਾਂ ਅੱਜ ਵੀ ਚਲਦੀਆਂ ਨੇ ਸਾਮ ਸੰਭਾਲਣ ਵਾਲੇ ਇਹ ਚੀਜ਼ਾਂ ਰੱਖੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਅੰਟੀਕ ਚੀਜ਼ਾਂ ਦੇ ਸ਼ੌਕੀਨ ਨੇ ਉਹ ਇਹ ਵੀਡੀਓ ਜ਼ਰੂਰ ਦੇਖਣ ਤੇ ਉਹਨਾਂ ਨੂੰ ਇਹ ਵੀਡੀਓ ਪਸੰਦ ਵੀ ਆਈ ਹੋਊਗੀ ਤੇ ਉਹ ਇਹ ਚੀਜ਼ਾਂ ਦਾ ਮੁੱਲ ਵੀ ਜਾਣਦੇ ਹੋਣਗੇ ਤੇ ਤੁਹਾਨੂੰ ਸਾਰੀ ਇਹ ਇਮਾਰਤ ਹੈ ਜਿਹੜੀ ਪ੍ਰਾਣੀ ਵਿਰਾਸਤ ਸੰਭੀ ਹੋਈ ਹੈ ਬਾਈ ਹੋਰਾਂ ਨੇ ਉਹ ਵੀ ਤੁਹਾਨੂੰ ਦਿਖਾਈ ਵੱਖ-ਵੱਖ ਤਰੀਕੇ ਨਾਲ ਉਦੀ ਹਰ ਇੱਕ ਬਰੀਕੀ ਤੁਹਾਨੂੰ ਦਿਖਾਈ ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ ਜੁੜੇ ਰਹੋ ਸਰਖਾਬ ਟੀਵੀ ਦੇ ਨਾਲ ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ ਧੰਨਵਾਦ